पंजाब सरकार जहां केंद्र के विरोध में तिरंगा फहराकर अपना विरोध जता रही है वहीं पंजाब बीजेपी पंजाब सरकार के खिलाफ एक दिन के व्रत पर है और पंजाब बीजेपी अध्यक्ष अश्विनी शर्मा के मुताबिक केंद्र की ओर से जो पंजाब को मदद दी गई वो जरूरतमंदों तक नहीं पहुंच पा रही है केंद्र की ओर से दिए गए अनाज को जरूरतमंदों को नहीं बांटा गया है अश्विनी शर्मा ने आरोप लगाया कि पंजाब के मुख्यमंत्री केवल अपने चहेतों को ही अनाज वितरण कर रहे हैं उन्होंने कहा कि केंद्र की ओर से राशन ही नहीं बल्कि और भी बहुत सारे सामान भेजे गए तोशनी शर्मा ने भी इस बात को लेकर कि कांग्रेस जो आरोप लगा रही है वो झूठे हैं और उपवास रखा पंजाब सरकार दे विरोध पंजाब भाजपा एक दिन दा उपवास जेड़ा हैगा एक दिन दा व्रत जेड़ा हैगा वो रख रही हैगी है, है। व्रत पे खुद बैठे ने अश्विनी शर्मा पंजाब भाजपा दे प्रदेशा अध्यक्ष ने मेरे नाल मौजूद ने होना नाल गाल बात कर लेने हैगियां अश्विनी जी एक दिन दा व्रत पंजाब सरकार दे विरोध क्यों ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਆਵਾਜ਼ ਕੀਤਾ ਸੀ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਭੁੱਖਾ ਨਹੀਂ ਰਹਿਣਾ ਚਾਹੀਦਾ ਔਰ ਗਰੀਬ ਕਲਿਆਣ ਯੋਜਨਾ ਦੇ ਤਹਿਤ 1 ਕਰੋੜ 42 ਲੱਖ ਲੋਕਾਂ ਦੇ ਲਈ ਕੇਂਦਰ ਸਰਕਾਰ ਨੇ ਅਨਾਜ ਜਿਹੜਾ ਉਹ ਪੰਜਾਬ ਸਰਕਾਰ ਨੂੰ ਮੁਹੱਈਆ ਕਰਾਇਆ ਲੇਕਿਨ ਅਜੇ ਤੱਕ ਉਹਦਾ ਵੰਡਰਨ ਜਿਹੜਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਔਰ ਉਹਨੂੰ ਗਰੀਬ ਜਿਹੜੇ ਹੈ ਉਹ ਅਨਾਜ ਲਈ ਤਰਸਰੇ ਨੇ ਦਾਲ ਲਈ ਤਰਸਰੇ ਨੇ ਲੇਕਿਨ ਪੰਜਾਬ ਦੀ ਸਰਕਾਰ ਜਿਹੜੀ ਹੈ ਉਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਪੰਜਾਬ ਦੀ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਦੇ ਲਈ ਕੀ ਕੇਂਦਰ ਦੁਆਰਾ ਆਇਆ ਹੋਇਆ ਜਿਹੜਾ ਗਰੀਬ ਕਲਿਆਣ ਯੋਜਨਾ ਦੇ ਤਹਿਤ ਅਨਾਜ ਹੈ ਉਹ ਗਰੀਬਾਂ ਤੱਕ ਜਾਏ ਇਸ ਗੱਲ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਪੰਜਾਬੀਆਂ ਨੂੰ ਭਾਰਤੀ ਜਨਤਾ ਪਾਰਟੀ ਨੇ ਇੱਕ ਦਿਨ ਦਾ ਉਪਵਾਸ ਕਰਨ ਦੇ ਲਈ ਕਿਹਾ ਔਰ ਪੰਜਾਬ ਸਰਕਾਰ ਦਾ ਬੰਦਾ GST ਸੈਂਟਰ ਨੇ ਨਹੀਂ ਦਿੱਤਾ ਹੈਗਾ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਜਿਹੜੀ ਹੈਗੀ ਆ ਉਹ ਸੈਂਟਰ ਗਵਰਨਮੈਂਟ ਨੇ ਨਹੀਂ ਦਿੱਤੀ ਹੈ ਜੀ ਕਿਸੇ ਤਰ੍ਹਾਂ ਦਾ ਰੈਲੀਫ ਫੰਡ ਜਿਹੜਾ ਹੈਗਾ ਉਹ ਸੈਂਟਰ ਵੱਲੋਂ ਪੰਜਾਬ ਨੂੰ ਨਹੀਂ ਦਿੱਤਾ ਗਿਆ ਹੈਗਾ ਇਸ ਨਾਲ ਇਸ ਤੇ ਤੁਹਾਡਾ ਕੀ ਕਹਿਣਾ ਹੈਗਾ ਅਸਾ ਹੈ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਅੰਦਰ ਭਰਮ ਪੈਦਾ ਕਰਨਾ ਚਾਹਦੀ ਹੈ। ਕੋਰੋਨਾ ਦੇ ਨਾਲ ਜਿਹੜੀਆਂ ਉਹਨਾਂ ਦੀ ਬੇਫਲਤਾ ਹੋਈਆਂ, ਜਿਹੜੀਆਂ ਉਹਨਾਂ ਦੀਆਂ ਕਮਜ਼ੋਰੀਆਂ ਉਹਨੂੰ ਹੈਲਥ ਡਿਪਾਰਟਮੈਂਟ ਜਿਸ ਤਰੀਕੇ ਨਾਲ ਚਰਮਰਾਇਆ ਹੈ ਔਰ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਕੋਰੋਨਾ ਦੇ ਪੋਜ਼ਿਟਿਵ ਕੇਸ ਵਧੇ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਧਿਆਨ ਹਟਾਉਣ ਦੇ ਲਈ ਇੱਕ ਭਰਮਜਾਲ ਫਲਾਰੀ ਹੈ ਲੇਕਿਨ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਜਾਣਦੀ ਹੈ। ਤੁਹਾਡਾ ਇਹ ਵੀ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਕਈ ਸਵਾਲਾਂ ਚ ਜਿਹੜੀ ਹੈਗੀ ਆ ਉਹ ਕਿਰਦੀ ਨਜ਼ਰ ਆ ਰਹੀ ਹੈਗੀ ਆ ਕਿ ਪੰਜਾਬ ਸਰਕਾਰ ਤੁਹਾਡੀ ਗੱਲਾਂ ਤੋਂ ਸਹਿਮਤ ਹੋਵੇਗੀ ਤੁਸੀਂ ਕਹਿ ਰਹੇ ਹੋ ਕਿ ਸੈਂਟਰ ਗਵਰਨਮੈਂਟ ਨੇ ਅਨਾਜ ਤੇ ਜਹਾਗਾ ਲੇਕਿਨ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਇਹ ਸਾਰਿਆਂ ਨੂੰ ਵੰਡ ਰਹੀ ਹੈਗਾ ਮੇਰਾ ਪ੍ਰਸ਼ਨ ਇਹ ਹੈ ਕਿ ਇਸ ਗੱਲ ਤੋਂ ਤੇ ਕਦੀ ਉਹਨਾਂ ਨੇ ਇਨਕਾਰ ਇਨਕਾਰੀ ਕੀਤੀ ਨਹੀਂ ਕਿ ਸਾਨੂੰ ਅਨਾਜ ਨਹੀਂ ਆਇਆ ਮੇਰਾ ਪ੍ਰਸ਼ਨ ਹੈ ਕਿ ਹੁਣ ਤੱਕ ਵੰਡਿਆ ਕਿ ਹੋਣੀ ਗਿਆ ਔਰ ਵੰਡਣ ਦੇ ਲਈ ਕੀ ਮੈਕੈਨਿਜ਼ਮ ਤਿਆਰ ਕੀਤਾ ਉਹਨਾਂ ਨੇ ਇਹ ਪ੍ਰਸ਼ਨ ਅਸੀਂ ਖੜੇ ਕੀਤੇ ਉਹਨਾਂ ਦੇ ਅੱਗੇ ਬਿਲਕੁਲ ਇਹ ਮੇਰੇ ਨਾਲ ਨੇ ਆਸ਼ੂ ਸ਼ਰਮਾ ਪੰਜਾਬ ਪਾਛਪਾ ਦੇ ਪ੍ਰਧਾਨ ਕਈ ਸਵਾਲਾਂ ਚ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਔਰ ਇੱਕ ਦਿਨ ਦੇ ਵਰਤ ਦੇ ਉਤੇ ਅੱਜ ਪੰਜਾਬ ਪਾਛਪਾ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਅਜਮਾਹਾਜਨ ਜੀ ਮੀਡੀਆ ਪਠਾਨਕੋ